ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਅਤੇ ਮੈਂ TV84 ਦੇ ਸਾਰੇ ਦਰਸ਼ਕਾਂ ਅਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਮਿਲ ਕੇ ਅੱਜ ਦੇ ਅਹਿਮ ਇਸ਼ੂ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ, ਆਨੂ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 11 ਫਰਵਰੀ 2020 ਮਾਘ ਨਾਨਕ ਸ਼ਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ਼ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ 'ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਨਾਲ ਹੀ YouTube 'ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ TV84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ 'ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਪ੍ਰੋਗਰਾਮ ਦੀ ਰੂਪਰੇਖਾ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਿਹੜੇ ਕਿਹੜੇ ਟੋਪਿਕਸ ਐਂਡ ਜੋ ਮੁੱਦੇ ਨੇ ਉਹ ਵਿਚਾਰ ਚਰਚਾ ਅਧੀਨ ਲਿਆਏ ਜਾਣਗੇ। ਸੋ ਸਭ ਤੋਂ ਪਹਿਲਾਂ ਜੋ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਜਿਹੜੀ ਚੋਣਾਂ ਸਨ ਉਹਨਾਂ ਦੇ ਨਤੀਜੇ ਆ ਚੁੱਕੇ ਹਨ। ਆਮ ਆਦਮੀ ਪਾਰਟੀ ਨੂੰ ਇਸ ਵਿੱਚ ਕਾਫੀ ਭਾਰੀ ਜ਼ਬਰਦਸਤ ਜੋ ਜਿੱਤ ਹੈ ਉਹ ਪ੍ਰਾਪਤ ਹੋਈ ਹੈ। ਜੋ ਦੇਸ਼ ਭਗਤੀ ਦੇ ਜੋ ਭਾਰੀ ਸ਼ੋਰ ਸ਼ਰਾਬੇ ਵਾਲੇ ਜੋ BJP ਨੇ ਉਸ ਨੂੰ ਕਾਫੀ ਮੂੰਹ ਦਿਖਾਉਣੀ ਪਈ ਹੈ। ਹਾਰ ਉਹਨਾਂ ਦੀ ਬਹੁਤ ਵੱਡੀ ਪੱਧਰ 'ਤੇ ਹੋਈ ਹੈ। ਸੋ ਇਹਨਾਂ ਜੋ ਚੋਣ ਨਤੀਜਿਆਂ ਦੇ ਲਈ ਜੋ ਅੱਡ ਅੱਡ ਮਾਹਰ ਨੇ ਉਹਨਾਂ ਦੀਆਂ ਆਪਣੀਆਂ ਆਪਣੀਆਂ ਰਾਏ ਨੇ, ਆਪਣੀਆਂ ਆਪਣੀਆਂ ਦਲੀਲਾਂ ਨੇ। ਔਰ ਜੋ ਘੱਟ ਗਿਣਤੀ ਜੋ ਸਿੱਖ ਮੁਸਲਮਾਨ ਦਲਿਤ ਇਹਨਾਂ ਚੋਣ ਨਤੀਜਿਆਂ ਨੂੰ ਕਿਸ ਤਰ੍ਹਾਂ ਲੈਂਦੇ ਨੇ, ਕੀ ਸੁਨੇਹਾ ਦਿੰਦੇ ਨੇ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਦੂਸਰੇ ਪਾਸੇ ਬੜੀ ਹੀ ਖੁਸ਼ੀ ਦੀ ਗੱਲ ਹੈ, ਬੜੀ ਹੀ ਮਾਣ ਵਾਲੀ ਗੱਲ ਹੈ ਸਾਡੇ ਸਭ ਦੇ ਲਈ ਕਿ ਯੂਨਾਈਟਿਡ ਨੇਸ਼ਨ ਦੇ ਜੋ ਸੈਕਟਰੀ ਜਨਰਲ ਨੇ ਉਹ ਕਰਤਾਰਪੁਰ ਸਾਹਿਬ ਜੋ ਦਰਸ਼ਨਾਂ ਲਈ ਜਾ ਰਹੇ ਹਨ। ਸੋ ਬੜੇ ਹੀ ਫਖਰ ਵਾਲੀ ਗੱਲ ਹੈ ਸਾਡੇ ਲਈ। ਐਂਡ ਦੂਸਰੇ ਪਾਸੇ ਜੋ ਭਾਰਤ ਵਿੱਚ ਬੜਾ ਹੀ ਵਾਵੇਲਾ ਹੜਪੜਾਹਟ ਮਚੀ ਹੋਈ ਹੈ ਕਿ ਕਿਸ ਤਰ੍ਹਾਂ ਜੋ ਭਾਰਤ ਦੇ ਜੋ ਪੰਜਾਬੀ ਕਬਜ਼ੇ ਵਾਲੇ ਜਿਹੜੇ ਖਿਡਾਰੀ ਨੇ, ਜੋ ਕਬੱਡੀ ਦੇ ਖਿਡਾਰੀ ਨੇ, ਉਹ ਕਿਸ ਤਰ੍ਹਾਂ ਲਾਹੌਰ ਪਹੁੰਚ ਗਏ ਹਨ ਕਬੱਡੀ ਟੂਰਨਾਮੈਂਟ ਖੇਡਣ ਦੇ ਲਈ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਐਂਡ ਹਮੇਸ਼ਾ ਦੀ ਤਰ੍ਹਾਂ ਜੋ ਕਸ਼ਮੀਰ ਮੁੱਦਾ ਹੈ, 199 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ, ਉੱਥੇ ਜ਼ੁਲਮਾਂ ਦੀ ਉਸੇ ਤਰ੍ਹਾਂ ਹੀ ਹਨੇਰੀ ਚੁਲਾਈ ਜਾ ਰਹੀ ਹੈ। ਉਹਨਾਂ ਦੀ ਜੋ ਆਵਾਜ਼ ਹੈ ਕਸ਼ਮੀਰੀਆਂ ਦੀ, ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਜੋ ਕਸ਼ਮੀਰੀ ਲੀਡਰ ਨੇ ਉਹਨਾਂ ਨੂੰ ਪਬਲਿਕ ਸੁਰੱਖਿਆ ਐਕਟ ਦੇ ਥੱਲੇ ਜੇਲ੍ਹਾਂ ਵਿੱਚ ਢੱਕਿਆ ਜਾ ਰਿਹਾ ਹੈ। ਸੋ ਉਸ ਤੋਂ ਬਾਅਦ ਤੁਹਾਡੀਆਂ ਲਿਖਤਾਂ ਐਂਡ ਐਂਡ ਦੇ ਵਿੱਚ ਗੁਰਬਾਣੀ ਵਿਚਾਰਾਂ ਅਸੀਂ ਡਾਕਟਰ ਸਾਹਿਬ ਕੋਲੋਂ ਸੁਣਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਦਿੱਲੀ ਤੋਂ ਲੈ ਕੇ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਲੋਕ ਉੱਥੋਂ ਦੀ ਸਿਆਸਤ 'ਚ ਦਿਲਚਸਪੀ ਰੱਖਦੇ ਨੇ, ਉਹ ਸਵੇਰ ਦੇ 3 ਵਜੇ ਤੱਕ ਚੰਬੜੇ ਰਹੇ। ਇੰਟਰਨੈੱਟ ਦੇ ਉੱਤੇ ਬਹੁਤ ਸਾਰੇ ਚੈਨਲ ਲਾਈਵ ਚੋਣ ਨਤੀਜੇ ਦੇ ਰਹੇ ਸੀ। ਬਿਲਕੁਲ, ਵੈਸੇ ਮੇਰੇ ਮਨ 'ਚ ਆ ਰਿਹਾ ਸੀ ਕਿ ਦਿੱਲੀ ਨੂੰ, ਈਵਨ ਉਹਨਾਂ ਦੇ ਇੱਕ ਬੜੇ ਐਕਸਪਰਟ ਨੇ ਕਿਹਾ ਕਿ ਇਹ ਜਿਹੜੀ ਦਿੱਲੀ ਦਾ ਰੁਤਬਾ ਹੈ, ਦੈਟ ਇਜ਼ ਲਾਈਕ ਏ ਗਲੋਰੀਫਾਈਡ ਮਿਊਂਸਪਲ ਕਮੇਟੀ, ਕਿਉਂਕਿ ਇੱਕ ਉਹ ਖਿੱਤਾ ਜਿਹਦੀ ਬੇਸ਼ੱਕ ਕਹਿਣ ਨੂੰ ਉਹਦੀ ਲੈਜਿਸਲੇਚਰ ਅਸੈਂਬਲੀ ਹੈ ਜਾਂ ਵਿਧਾਨ ਸਭਾ ਹੈ, ਪਰ ਉਹਨਾਂ ਦੇ ਕੋਲ ਇੱਕ ਸਟੇਟ ਦਾ ਦਰਜਾ ਵੀ ਨਹੀਂ ਹੈ, ਉਹਨਾਂ ਦੇ ਕੋਲ ਲਾਅ ਐਂਡ ਆਰਡਰ ਦੀ ਲਾਈਨ ਵੀ ਨਹੀਂ ਹੈ, ਪੁਲਿਸ ਵੀ ਉਹਨਾਂ ਦੇ ਕੋਲ ਨਹੀਂ ਹੈ। ਉਹ ਚਾਹਣ ਕਿਸੇ ਦੀ ਕੋਈ IAS ਜਾਂ ਦੂਜੇ ਦੀ ਤਬਦੀਲੀ ਵੀ ਨਹੀਂ ਕਰ ਸਕਦੇ। ਲੈ ਦੇ ਕੇ ਬੜੇ ਸੀਮਤ ਬੇਸ਼ੱਕ ਆਬਾਦੀ ਹੈ ਇਸ ਵੇਲੇ ਦਿੱਲੀ ਦੀ, 20 ਮਿਲੀਅਨ ਹੈ, 2 ਕਰੋੜ ਹੈ, ਲੇਕਿਨ ਉਸ ਦਾ ਰੁਤਬਾ ਤਾਂ ਇੱਕ ਜਿਹੜਾ ਉਹ ਗਲੋਰੀਫਾਈਡ ਅਸੈਂਬਲੀ ਵਾਲਾ ਹੀ ਹੈ।
पर 1,330,000,000 लोगों की और ऐसी कि चीज़ सी कि जिस दे विच हज़ारों की गिणती 6,000 तो ज़्यादा बीजेपी ने रैलीज की हैं, नुक्कड़ मीटिंग्स उन्हां दियां हुई हैं। अमित शाह और मोदी सड़क के उत्ते, अमित शाह ने खुद इहदी कमांड संभाली हुई सी, और ऐसा की सी कि उस दे विच दिल्ली दे नाल बीजेपी ने किन्नी अपनी प्रेस्टीज भी जोड़ी, और जिहड़ी नफरत दी लाइन है, जे तुसी इस पीरियड दे विच बीजेपी दा चोण प्रचार देखो, उहनां दे सेंट्रल मिनिस्टरां दी गल ते गोली मारो सालों को, देश के गद्दारों को, अमित शाह कह रहे हैं कि जी शाहीन बाग वर्सस भारत माता के पूत, फिर वो एक सभा च कह रहे हैं कि भी 8 फरवरी नू बटन इन्ना जोर दी दबो कि करंट जाके शाहीन बाग वालियां नू लगे। और इस सारे दौर दे विच किस कदर जेड़ा है, किस लेवल तक जाके चोण प्रचार नफरत नाल भरपूर सी, और किवें जदों असीं भारत दीआं इंस्टीट्यूशन जिहड़ियां हिंदूआइज हो चुकियां ने, वह लैजिस्लेचर होए, वह जुडिशरी होए, वह गोदी मीडिया होए, पर इस सारे नफरत भरे चोण प्रचार के दौरान असीं देखिया कि इलैक्शन कमीशन जिहड़ा चीफ इलैक्शन जिहदी अपनी होंद एक जमाने दे विच इस नूं थोड़ा बहुत जिहड़ा वह प्राइड भी मिलिया, जदों के एक ने इनू इस लैवल ते खड़िया कि जी हकूमत इंटरफियर नहीं कर सकती, और ये लगता सी कि भई इंडिपेंडेंट है जे। पर इस किस्म दा नफरत भरा भरिया प्रचार दोनों कौमां दे विच नफरत, और इस किस्म दा इहदे बावजूद इलैक्शन कमीशन ने यह तो होया कि दो जिहड़े बीजेपी दे लीडर सी उन्हां दी दा 2 दिन लई प्रचार करन दा जिहड़ा उस ते पाबंदी लाई, पर जड़ा राइट उहदे कोल है कि भी जड़ा दो कम्युनिटीज़ दे विच आपसी टकराव पैदा करन दी कोशिश करदा है, नफरत फैलांदा है, जां हिंसा नूं प्रोवोक करदा है, FIR रजिस्टर करना। सो यह भी खुल के सामने आया कि भी किस कदर जड़ा इलैक्शन कमीशन है टोटली वो बीजेपी हकूमत जां RSS दी खेड खेड रहा है। और इस सब के बावजूद जिहड़ी फाइनल जदों असी रिजल्ट की गल करते हैं, और फिर भारत के 900 के करीब TV चैनल और 1,45,000 तो ज़्यादा मीडिया पब्लीकेशन, उन्होंने इस पीरियड के विच शाहीन बाग के नाल संबंधित सारिया खबरों ना सिर्फ ब्लैकआउट किया, पर जिस अंदाज इन्हों का गोदी मीडिया उस नफरत को फैलांदा रहा वो अपनी थान पर, पर चोणों तो ठीक 2 दिन पहला उत्थों दे गार्गी कॉलेज दे विच जिहड़ा बच्चियां दा कॉलेज है और उत्थे उन्हां दी स्पोर्ट्स जिहड़ी है एनुअल यूथ फेस्टिवल टाइप चल रहा सी, किवें जिहड़े लोग सिटीजनशिप अमेंडमेंट एक्ट दे हमायती जा रहे RSS BJP दे लोग, वह कंधा टप के उहदे अंदर वड़े, और उन्होंने किवें जिहड़ा किस पद्धर ते जा के उन्हां बच्चियां दे नाल बदसलूकी कीती, मैं मेरे लफ्ज़ इस फोरम तो उन्हों बयान नहीं कर सकते, पर एक किसी ने इलैक्शन इशू नहीं बनाया अरविंद केजरीवाल समेत मीडिया का, ये तो कोई नहीं, ईवन जी प्रिंसीपल सी वह भी डिनायल सी, हूँ जदों के बच्चियां बाहर निकलियां ने और धरने पर बैठिया है हूँ इस दे बारे FIR या दूजा। सो इस सारे ने बेशक एक ग्लोरीफाइड म्यूनसिपैलिटी की इलैक्शन ही सी, लेकिन इन्हें बहुत सारिया वो चीज़ा जड़ियाँ कि बहुत सारे तो नतीजिया नाल ने कि जी वो केजरीवाल ने उत्थे बिजली जड़ी है वो 200 यूनिट मुफ्त कर दिती, पानी का कोई बिल नहीं है, स्कूल जड़े ने उन्होंने उन्होंने इंफ्रास्ट्रक्चर चंगा बिल्ट कर दिता है, और इसलिए और उन्होंने भी जड़ा उन्होंने गोदी मीडिया वो कह रहा जी देख लो दिल्ली के लोगों को देश की एकता की कोई परवाह नहीं, उन्होंने भाणे सब कुछ खूह च जाए, उन्होंने तो मुफ्त बिजली चाहिए है, पानी चाहिए है, स्कूल चाहिए ने, जां बीबियां दे लई बसां मुफ्त सफर की गल, यही 3-4 प्लैंक जिहड़े के केजरीवाल की सैलिंग चिप सी उस दे थले। पर इस पीरियड च असीं यह देख रहे हैं कि जिहदे च साडे भी, क्योंकि ये साडी कौम नूं भी ये आदत है कि जदों होर कुछ ना होए तो किसी को माड़ी जी गल ही नज़र आए तो उन्होंने लैके ही बल्ले बल्ले ढोल का डगा वज रहा और भंगड़े पा रहे ने और ये सारा हो रहा है जी कि भी BJP हुण देखण वाली गल ये है कि जितया कौन है ते हारिया कौन है। हुण
ਇਸ ਨੂੰ ਜੇ ਇਹ ਕਿਹਾ ਜਾਏ ਕਿ ਜੀ ਜਿਹੜਾ ਉਹ ਹਿੰਦੂਤਵਾਦੀ ਹਾਰ ਹੋ ਗਈ, ਬੀਜੇਪੀ ਦਾ ਐਂਟਾਈ ਪਾਕਿਸਤਾਨ ਏਜੰਡਾ ਜਾਂ ਦੂਜਾ ਜਿਹੜਾ ਉਹ ਹਾਰ ਗਿਆ, ਔਰ ਨਹੀਂ ਇਹਨੂੰ ਤੁਸੀਂ, ਔਰ ਪਹਿਲੀ ਗੱਲ ਤਾਂ ਬੇਸ਼ੱਕ ਮੈਂ ਅੱਜ ਜਿਹੜੀਆਂ ਕੁਛ ਉਦਾਹਰਨਾਂ ਦਿਆਂਗਾ ਉਹਨਾਂ ਦੇ ਵਿੱਚ ਥੋੜ੍ਹਾ ਬਹੁਤ ਜ਼ਾਤ ਪਾਤੀ ਰੈਫਰੈਂਸਿਸ ਨੇ, ਕਿਉਂਕਿ ਉਹਦੇ ਤੋਂ ਬਿਨਾਂ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਇਸ ਫਿਨੋਮੀਨਾ ਨੂੰ, ਔਰ ਜਿਸ ਸੋਸਾਇਟੀ ਦੇ ਵਿੱਚ ਸਭ ਕੁਛ ਐਮਬੈਡਿਡ ਹੋਏ ਇਸ ਲੈਵਲ ਦੇ ਉੱਤੇ, ਉਹਨੂੰ ਉਹਦਾ ਈਵਨ ਐਨਾਲਿਸਿਸ ਕਰਨ ਦੇ ਲਈ ਜਾਂ ਉਸਦਾ ਮੁਤਾਲਿਆ ਕਰਨ ਦੇ ਲਈ ਜਾਂ ਉਹਨੂੰ ਐਕਸਪਲੇਨ ਕਰਨ ਦੇ ਲਈ ਤੁਹਾਨੂੰ ਇਹ ਦੇਖਣਾ ਪਏਗਾ ਕਿ ਇਹ ਪਿਛੋਕੜ ਕੀ ਹੈ। ਅਮਿਤ ਸ਼ਾਹ ਜਿਹੜਾ ਹੋਮ ਮਿਨਿਸਟਰ ਔਰ ਜਿਹਨੇ ਰਨ ਕੀਤਾ, ਉਹਨੇ ਇੱਕ ਸਟੇਜ 'ਤੇ ਕੁਛ ਦੇਰ ਪਹਿਲਾਂ ਇਹ ਕਿਹਾ ਸੀ ਕਿ ਮਹਾਤਮਾ ਗਾਂਧੀ ਇੱਕ ਚਤੁਰ ਬਨੀਆ ਥੇ। ਹੁਣ ਜ਼ਾਹਰ ਹੈ ਉਦੋਂ ਉਹਦੇ 'ਤੇ ਬੜਾ ਕਾਂਗਰਸ ਨੇ ਵੀ ਰੌਲਾ ਪਾਇਆ, ਪਰ ਗੱਲ ਉਹਦੀ ਗਲਤ ਨਹੀਂ ਸੀ ਕਿਉਂਕਿ ਉਹ ਖੁਦ ਬਾਣੀ ਹੈ ਅਤੇ ਉਸ ਨੂੰ ਇਹ ਪਤਾ ਹੈ ਕਿ ਵੀ ਇਹ ਜਿਹੜਾ ਇੱਕ ਤਾਂ ਬਾਣੀਆਂ ਹੋਣ ਦਾ ਹੀ ਕੀ ਮਤਲਬ ਹੈ, ਅਤੇ ਬਾਣੀਆਂ 'ਚ ਵੀ ਜੇ ਕੋਈ ਚਤੁਰ ਬਾਣੀਆਂ ਹੋਏ ਤਾਂ ਉਹਦਾ ਕੀ ਮਤਲਬ ਹੈ। ਸੋ ਹੁਣ ਜੇ ਤੁਸੀਂ ਇਹਨੂੰ ਲੜਾਈ ਨੂੰ ਦੇਖੋ ਵੀ ਇੱਕ ਪਾਸੇ ਉਹ ਜਿਹੜੇ ਗੁਜਰਾਤੀ ਬਾਣੀ ਹੈ ਅਮਿਤ ਸ਼ਾਹ ਔਰ ਮੋਦੀ ਭਾਵੇਂ ਤੇਲੀ ਹੈ ਲੇਕਿਨ ਜਿਹੜਾ ਉਹ ਬਿਲਕੁਲ ਉਹਨੇ ਕਿਵੇਂ 2002 'ਚ ਮੁਸਲਮਾਨਾਂ ਦੀ ਗੁਜਰਾਤ ਨਸਲਕੁਸ਼ੀ ਤੋਂ ਲੈ ਕੇ ਕਿਵੇਂ ਉਹਨੇ ਆਪਣਾ ਅਕਾਊਂਟ ਬਿਲਟ ਕੀਤਾ ਪ੍ਰਾਈਮ ਮਿਨਿਸਟਰ ਤੱਕ ਪਹੁੰਚਣ ਦਾ, ਔਰ ਕਿਵੇਂ 2014 'ਚ ਸਬਕਾ ਸਾਥ ਸਬਕਾ ਵਿਕਾਸ ਵੇਚਿਆ, ਲੇਕਿਨ ਕਿਵੇਂ ਅਲਟੀਮੇਟਲੀ ਉਹ ਜਿਹੜਾ ਹਿੰਦੂਤਵਾ ਦੇ ਏਜੰਡੇ ਨੂੰ ਹੀ ਆਪਣੇ ਨੇੜੇ ਆਪਣੇ ਆਲੇ ਦੁਆਲੇ ਲਪੇਟ ਲਿਆ। ਦੂਸਰੇ ਪਾਸੇ ਅਮਿਤ ਸ਼ਾਹ ਹੈ ਹੀ ਬਾਣੀ ਹੈ। ਹੁਣ ਇਸ ਪਾਸੇ ਇਹ ਦੋ ਜਿਹੜੇ ਨੇ ਗੁਜਰਾਤੀ ਬਾਣੀ ਹੈ, ਦੂਜੇ ਪਾਸੇ ਅਸੀਂ ਦੇਖ ਰਹੇ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸਿਸੋਦੀਆ ਮਾਰਵਾੜੀ ਬਾਣੀ ਹੈ, ਔਰ ਇਹ ਵੀ ਲਫ਼ਜ਼ ਮੈਂ ਨਹੀਂ ਕਹਿ ਰਿਹਾ, ਕੇਜਰੀਵਾਲ ਨੇ ਖੁਦ ਪਿਛਲੀ ਟਰਮ ਦੇ ਵੇਲੇ ਆਪਣੇ ਇੱਕ ਸਭਾ ਦੇ ਵਿੱਚ ਕਿਹਾ ਸੀ ਕਿ ਮੈਂ ਵੀ ਇੱਕ ਬਨੀਆ ਹੂੰ। ਹੁਣ ਦਿੱਲੀ ਦੇ ਵਿੱਚ ਬਣੀਆ ਪਾਪੂਲੇਸ਼ਨ ਨੂੰ ਵੀ ਉਹ ਰਿਝਾ ਰਿਹਾ ਸੀ, ਪਰ ਉਹ ਇਹ ਕਹਿ ਰਿਹਾ ਸੀ ਕਿ ਜੀ ਮੈਂ ਵੀ ਬਨੀਆ ਹੂੰ। ਹੁਣ ਇਹਨਾਂ ਦੋਨਾਂ ਦਾ ਹੀ ਸੰਬੰਧ ਜਿਹੜਾ ਹੈ, ਕੇਜਰੀਵਾਲ ਦਾ ਵੀ ਔਰ ਸਿਸੋਦੀਆ ਦਾ ਵੀ, ਇਹ ਮਾਰਵਾੜ ਰੀਜਨ ਦੇ ਨਾਲ ਹੈ। ਮਾਰਵਾੜ ਇਹ ਸਾਰਾ ਡੈਜ਼ਰਟ ਹੈ ਜਿਹੜਾ, ਔਰ ਇੱਕ ਜ਼ਮਾਨੇ ਦੇ ਵਿੱਚ ਇਹ, ਹੁਣ ਤਾਂ ਜਦੋਂ ਸੂਬੇ ਬਣ ਗਏ ਰਾਜਸਥਾਨ ਗੁਜਰਾਤ ਜਾਂ ਈਵਨ ਸਿੰਧ ਵੀ, ਸਿੰਧ ਵੀ ਇੱਕ ਸਟੇਜ ਦੇ ਉੱਤੇ ਗੁਜਰਾਤ ਦਾ ਬੰਬਈ ਪ੍ਰੋਵਿੰਸ ਦਾ ਹਿੱਸਾ ਸੀ ਜਦੋਂ ਕਿ ਇਹਨੂੰ ਸੈਪਰੇਟ ਕੀਤਾ 20th century ਬਿਗਨਿੰਗ। ਹੁਣ ਇਹ ਜੇ ਦੇਖਣ, ਜੇ ਤੁਸੀਂ ਕੁੱਲ ਬਣਾ ਕੇ ਦੇਖੋ, ਪਹਿਲਾਂ ਅਸੀਂ ਇਸ ਨੂੰ ਇੱਕ ਵੱਡੇ ਫਰੇਮ ਦੇ ਵਿੱਚ ਦੇਖੀਏ ਕਿ ਦੋ ਗੁਜਰਾਤੀ ਬਾਣੀਆਂ ਨੂੰ ਦੋ ਮਾਰਵਾੜੀ ਬਾਣੀਆਂ ਨੇ ਉਸ ਚਤੁਰ ਬਣੀਆਂ ਗੇਮ ਦੇ ਵਿੱਚ ਚਿੱਤ ਕੀਤਾ ਇਸ ਤੋਂ ਬਿਯੋਂਡ, ਔਰ ਉਹਦੇ 'ਚ ਇਹੀ ਨਹੀਂ ਹੈ। ਔਰ ਮੈਂ ਦੇਖ ਰਿਹਾ ਸੀ ਕਿਉਂਕਿ ਜਦੋਂ ਆਮ ਆਦਮੀ ਪਾਰਟੀ, ਸ਼ਾਇਦ ਬਹੁਤ ਘੱਟ ਨੂੰ ਇਹਦੀ ਬੈਕਗਰਾਊਂਡ ਪਤਾ ਹੋਏ ਕਿ ਕਿਵੇਂ RSS ਹੀ ਅੰਨਾ ਹਜ਼ਾਰੇ ਨੂੰ ਲਿਆਈ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਦੀ ਸੈਕਿੰਡ ਟਰਮ ਚੱਲ ਰਹੀ ਸੀ। ਜ਼ਾਹਰ ਹੈ ਕਰਪਸ਼ਨ ਤਾਂ ਉੱਥੇ ਦੇ ਬਲੱਡ ਦੇ ਵਿੱਚ ਹੀ ਹੈ, ਜੀਨਸ ਦੇ ਵਿੱਚ ਹੈ, ਜਿਵੇਂ ਇਹਨਾਂ ਦੇ ਹੀ ਹਿੰਦੂ ਇੰਟੈਲੈਕਚੁਅਲ ਜਿਹੜਾ ਨਿਰਾਤ ਚੌਧਰੀ ਨੇ ਇਹ ਗੱਲ ਕਹੀ ਹੋਈ ਹੈ ਕਿ ਐਵਰੀ ਇੰਡੀਅਨ ਇਸ ਜੈਨੇਟਿਕਲੀ ਕਰਪਟ, ਕਿ ਇਹਨਾਂ ਦੇ ਜੀਨਸ ਦੇ ਵਿੱਚ ਹੈ ਕਰਪਸ਼ਨ। ਸੋ ਉਹ ਉਹਨੂੰ ਲਿਆਂਦਾ ਇੱਕ ਰਿਟਾਇਰਡ ਫੌਜੀ ਡਰਾਈਵਰ ਨੂੰ, ਫੌਜ ਦੇ ਵਿੱਚ ਉਹ ਡਰਾਈਵਰ ਸੀ ਅੰਨਾ ਹਜ਼ਾਰੇ, ਉਹਦੇ ਗਾਂਧੀ ਟੋਪੀ ਰਖਾਈ, ਉਹਨੂੰ ਪੂਰਾ ਗਾਂਧੀ ਵਾਂਗ ਪ੍ਰੈਜੈਂਟ ਕੀਤਾ। ਮੀਡੀਆ ਜਿਹੜਾ ਬੈਕ ਕਰ ਰਿਹਾ ਸੀ ਅੰਬਾਨੀਜ਼ ਔਰ ਦੂਜੇ ਤੀਜੇ 24/7 ਉਹਦੀ ਕਵਰੇਜ ਸ਼ੁਰੂ ਕੀਤੀ, ਔਰ ਅੰਨਾ ਹਜ਼ਾਰੇ ਨੂੰ ਜਿਹੜਾ ਚੁੱਕ ਕੇ ਉਹਨਾਂ ਨੇ ਗਾਂਧੀ ਦੇ ਸਟੇਟਸ 'ਤੇ ਲਿਆ ਕੇ ਖੜਾ ਕਰਤਾ, ਵਰਤੋਂ ਦਾ ਰਖਾਤਾ। ਇਹ ਉਹ ਪੀਰੀਅਡ ਹੈ ਕਿ ਉਦੋਂ ਹੀ ਕਿ ਭਾਈ ਸੁਸਾਇਟੀ ਦੇ ਵਿੱਚ ਕਲੀਨਨੈਸ ਹੋਏ, ਕਰਪਸ਼ਨ ਨਾ ਹੋਏ, ਅਰਵਿੰਦ ਕੇਜਰੀਵਾਲ ਜਿਹੜਾ ਖੁਦ ਬਿਊਰੋਕਰੈਟ ਹੈ ਉਸ ਸਾਰੇ ਅੰਨਾ ਹਜ਼ਾਰੇ ਮੂਵਮੈਂਟ ਦਾ ਹਿੱਸਾ ਸੀ, ਜਿਸ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਵੀ ਆਇਆ, ਜਿਸ ਦੇ ਵਿੱਚ ਯੁਗਿੰਦਰ ਯਾਦਵ ਵੀ ਆਇਆ, ਔਰ ਇਹ ਸਾਰੇ ਜਿਹੜੇ ਨੇ ਇਹਨਾਂ ਨੇ ਅਲਟੀਮੇਟਲੀ ਇਹ ਦੇਖਿਆ। ਹਾਲਾਂ ਅੰਨਾ ਹਜ਼ਾਰੇ ਨੂੰ ਵਰਤਿਆ RSS ਨੇ, ਹੁਣ ਸਾਹਮਣੇ ਆ ਰਿਹਾ ਕਿ ਵੀ ਜਿਹੜੀ ਸਾਰਾ ਉੱਥੇ ਫੂਡ ਦਾ ਸਟੇਜ ਤੋਂ ਲੈ ਕੇ ਪ੍ਰਬੰਧ ਵਿਵੇਕਾਨੰਦ ਫਾਊਂਡੇਸ਼ਨ ਕਰ ਰਹੀ ਸੀ, ਜਿਹੜੀ ਵਿਵੇਕਾਨੰਦ ਫਾਊਂਡੇਸ਼ਨ ਨੂੰ ਅਜੀਤ ਡੋਵਲ ਜਿਹੜਾ ਇਸ ਵੇਲੇ ਅਸਲੀ ਕਿੰਗ ਹੈ, ਜਿਹਨੇ ਫੌਜੀ ਚੀਫ ਵੀ ਰਾਵਤ ਆਪਣਾ ਬਣਾਇਆ ਔਰ ਕੈਬਨਿਟ ਸਟੇਟਸ ਵੀ ਹੈ। ਸੋ ਉਹ ਸਾਰੀ ਫੰਡਿੰਗ ਜਿਹੜੀ ਕਾਂਗਰਸ ਦੇ ਖਿਲਾਫ਼ ਕਰਪਸ਼ਨ ਦੀ ਹੈ, ਮੂਵਮੈਂਟ ਜਿਹੜੀ ਅੰਨਾ ਹਜ਼ਾਰੇ ਕਲੀਨ ਪਾਜੀ ਦੇ 'ਚ ਫਿਰ ਇਹ ਜਿਹੜੀ ਹੈ ਕਿਰਨ ਬੇਦੀ ਵੀ ਨਿਕਲੀ, ਇਹ ਵੱਖਰੀ ਗੱਲ ਹੈ, ਬਾਅਦ 'ਚੋਂ ਜੰਪ ਕਰਕੇ
ਜਿਹੜੀ ਆ ਉਹ ਬੀਜੇਪੀ ਦੀ ਦਿੱਲੀ ਦੀ ਚੀਫ ਮਿਨਿਸਟਰ ਕੈਂਡੀਡੇਟ ਸੀ, ਉੱਥੋਂ ਬੁਰੀ ਤਰ੍ਹਾਂ ਹਾਰੀ, ਬੀਜੇਪੀ ਨੂੰ ਵੀ ਹਰਵਾਈ, ਹੁਣ ਗਵਰਨਰ ਲੱਗੀ ਹੋਈ ਹੈ। ਸੋ ਇਸ ਸਾਰੀ ਖੇਡ ਦੇ ਵਿੱਚ ਇਹਨਾਂ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਸ਼ਾਂਤ ਭੂਸ਼ਣ ਔਰ ਇਹ ਜਿਹੜਾ ਯੁਗਿੰਦਰ ਯਾਦਵ, ਇਹ ਇਮਾਨਦਾਰ ਇੰਟੈਲੈਕਚੁਅਲ, ਔਰ ਯਾਦ ਹੋਏ ਕਿ ਇਹੀ ਪ੍ਰਸ਼ਾਂਤ ਭੂਸ਼ਣ ਹੈ ਜਿਹਨੇ ਕਿਹਾ ਸੀ ਕਿ ਵੀ ਕਸ਼ਮੀਰ ਦੇ ਵਿੱਚ ਲੋਕਾਂ ਨੂੰ ਹੱਕ ਦਿਓ ਜੇ ਤੁਸੀਂ ਪ੍ਰੋਮਿਸ ਕੀਤਾ ਹੋਇਆ UN ਦੇ ਵਿੱਚ। ਔਰ ਇਹ ਜਿਹੜੇ ਤਿੰਨ ਇਹਨਾਂ ਨੇ RSS ਨੇ ਆਪਣੇ ਸੰਘ ਬ੍ਰਾਂਡ ਸਿੱਖ ਖੜੇ ਕੀਤੇ ਸੀ ਦਿੱਲੀ ਦੀਆਂ ਚੋਣਾਂ ਦੇ ਵਿੱਚ, ਜਿਹੜੇ ਤਿੰਨੋਂ ਹੀ ਬੁਰੀ ਤਰ੍ਹਾਂ ਹਾਰੇ ਨੇ, ਤਜਿੰਦਰ ਬੱਗਾ, ਇਮਪ੍ਰੀਤ ਬਖਸ਼ੀ ਔਰ RP ਸਿੰਘ। ਹੁਣ ਇਹ ਉਹੀ ਤਜਿੰਦਰ ਬੱਗਾ ਜਿਹੜਾ ਉਸ ਸਾਰੇ ਦੇ ਵਿੱਚ ਜਾ ਕੇ ਉਹਨੇ ਪ੍ਰਸ਼ਾਂਤ ਭੂਸ਼ਣ ਦੇ ਦਫ਼ਤਰ 'ਚ ਜਾ ਕੇ ਉਹਨੂੰ ਚਪੇੜਾਂ ਮਾਰੀਆਂ ਸੀ ਔਰ ਉਹਦਾ ਮੂੰਹ ਕਾਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਔਰ ਇਹੀ ਹੈ ਜਿਹੜਾ ਤਜਿੰਦਰ ਬੱਗਾ, ਜਿਹਨੂੰ ਹਰੀਨਗਰ ਤੋਂ BJP ਨੇ ਟਿਕਟ ਦਿੱਤੀ, ਜਿਹਨੇ ਆਪਣੀ ਜਿਹੜੀ ਈਮੇਲ ਉਹਦੇ 'ਤੇ ਫੇਸਬੁੱਕ ਦੇ ਉੱਤੇ ਕਿਹਾ ਸੀ ਕਿ ਜੀ ਮੈਂ ਜਿਹੜਾ ਕਿ ਇਹ ਜਿਹੜੇ ਖਾਲਿਸਤਾਨੀ ਨੇ, ਮੈਂ ਖਾਲਿਸਤਾਨ ਬਣਾਓਗੇ ਤੋ ਪੈਰ ਤੋੜ ਦੂੰਗਾ, ਔਰ ਨਾਲ ਦੀ ਨਾਲ ਇਸ ਕਿਸਮ ਦੀ ਬੜੀਆਂ ਹੇਟ ਟਵੀਟਸ। ਔਰ ਉਹਨੂੰ ਉਹਨਾਂ ਨੇ ਦੇਖਿਆ ਕਿ ਬਈ ਇਹ ਗੁੰਡਾ ਜਿਹਾ ਬੰਦਾ ਜਿਹੜਾ ਸਕੂਲ ਡਰੋਪ ਆਊਟ, ਨੌਵੀਂ ਫੇਲ, ਇਹ ਸਾਨੂੰ ਸੂਟ ਕਰਦਾ। ਉਹਨੂੰ ਉਹਨਾਂ ਨੇ BJP ਨੇ ਆਪਣੇ IT ਸੈੱਲ ਆਪਣਾ ਜਿਹੜਾ ਸਪੋਕਸਪਰਸਨ ਵੀ ਬਣਾਇਆ, ਇਹਦੇ ਤੋਂ ਮੁੜ ਕੇ ਸ਼ਰਦ ਪਵਾਰ ਨੂੰ ਵੀ ਚਪੇਟ ਪਵਾਈ ਦੂਜੀ, ਹੁਣ ਉਹ ਹਾਰਿਆ ਬੁਰੀ ਤਰ੍ਹਾਂ। ਸੋ ਇਸ ਕਿਸਮ ਦਾ ਜਿਹੜਾ ਇਹਨਾਂ ਦੀ ਸਾਰੀ ਇਹ ਲਾਈਨ ਸੀ ਉਸ ਪੀਰੀਅਡ ਦੇ ਵਿੱਚ ਜਦੋਂ ਪ੍ਰਸ਼ਾਂਤ ਭੂਸ਼ਣ ਕਸ਼ਮੀਰੀਆਂ ਦੀ ਗੱਲ ਕਰ ਰਿਹਾ ਸੀ, ਯੁਗਿੰਦਰ ਯਾਦਵ ਵੀ ਜਿਹੜਾ ਕਿ ਬਹੁਤ ਸਿਆਣਾ, ਔਰ ਮੈਂ ਸਮਝਦਾ ਵੀ ਮੈਨੂੰ ਹਮੇਸ਼ਾ ਹੀ ਜਦੋਂ ਮੈਂ ਦੇਖਦਾ ਇੱਕ ਰੀਅਲ ਜਿਹੜਾ ਇਮਾਨਦਾਰ ਬੰਦਾ ਲੱਗਾ, ਉਹਦਾ ਅੱਜ ਇੰਟਰਵਿਊ ਆ ਰਿਹਾ ਸੀ ਕਿਉਂਕਿ ਮੈਂ ਕਾਨਸੈਪਟ ਦੀ ਗੱਲ ਕਰਨਾ ਚਾਹੁੰਦਾ। ਇਹਦੇ 'ਤੇ ਤਾਂ ਸਾਰਿਆਂ ਨੇ ਹੀ ਦੇਖ ਲਿਆ ਜੀ, ਇੰਨੀਆਂ ਸੀਟਾਂ ਸੀ ਜਿਹੜੀਆਂ ਨੇ, ਕੁੱਲ 70 ਸੀਟਾਂ ਸੀ, 62 ਆਮ ਆਦਮੀ ਪਾਰਟੀ ਲੈ ਗਈ, 8 BJP ਲੈ ਗਈ, ਔਰ ਇਸ ਸਾਰੇ ਦੇ ਵਿੱਚ ਜਿਹੜੀ ਕਾਂਗਰਸ ਹੈ ਉਹ 63 ਸੀਟਾਂ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਉਹ 63-53 'ਚ ਜ਼ਮਾਨਤ ਜ਼ਬਤ ਹੋਈ। ਔਰ ਪੰਜਾਬ 'ਚ ਕਾਂਗਰਸ ਦਾ ਜਿਹੜਾ ਇੱਕ ਮਿਨਿਸਟਰ ਵੀ ਹੈ ਔਰ ਪ੍ਰੋਮੀਨੈਂਟ ਲੀਡਰ ਹੈ ਧਰਮਸੋਤ, ਉਹ ਕਹਿ ਰਿਹਾ ਅਸੀਂ ਤਾਂ ਨਹੀਂ ਹਾਰੇ, ਸਾਡੀ ਪਹਿਲਾਂ ਵੀ 0 ਸੀਟ ਸੀ, ਹੁਣ ਵੀ 0, ਹਾਰੇ ਕਿੱਥੋਂ ਅਸੀਂ। ਮੈਂ ਕਿਹਾ ਇਹ ਹੈ ਬੇਸ਼ਰਮੀ ਦੀ ਸਿਖਰ। ਠੀਕ ਆ, ਉਹਨੇ ਕਿਹਾ ਜੀ 0 ਸੀ, 0 ਤੋਂ ਨਹੀਂ ਘਟੇ ਅਸੀਂ, ਹਾਰੀਏ ਤਾਂ ਜੇ 0 ਤੋਂ ਹੋਈ ਹੈ, ਉਹਨੇ ਜਿਹਨੇ ਅਸੀਂ ਪਹਿਲਾਂ ਸੀ ਉਹਨੇ ਸੀ, ਇਹ ਨਹੀਂ ਹੈ ਜਮਾਨਤਾਂ ਜ਼ਬਤ ਹੋਈਆਂ ਜਾਂ ਦੂਜਾ, ਉਹ ਕੋਈ ਪਾਰਟ ਨਹੀਂ ਹੈ। ਸੋ ਉਹ ਤਾਂ ਗੇਮ ਤੋਂ ਬਾਹਰ ਹੋ ਗਏ, ਲੇਕਿਨ ਇਹ ਕਾਨਸੈਪਟ ਨੂੰ ਸਮਝਣ ਦੀ ਲੋੜ ਹੈ। ਅੱਜ ਜਦੋਂ ਕਿ ਯੁਗਿੰਦਰ ਯਾਦਵ ਇੱਕ 'ਚ ਇੰਟਰਵਿਊ ਦੇ ਰਿਹਾ ਸੀ, ਉਹਨੇ ਇੱਕ ਬੜੀ ਖੂਬਸੂਰਤ ਗੱਲ ਕਹੀ। ਉਹਨੂੰ ਪੁੱਛਿਆ ਕਿ ਜੀ ਅਰਵਿੰਦ ਕੇਜਰੀਵਾਲ ਔਰ ਦੂਸਰੇ ਜਿਹੜੇ ਨੇ ਤੁਹਾਡੇ ਹੀ ਸੀ, ਬਾਅਦ ਦੇ ਵਿੱਚ ਉਹ ਸਭ ਨੂੰ ਹੀ ਦੇ ਕੇ ਚਕਮਾ, ਅੰਨਾ ਹਜ਼ਾਰੇ ਨੂੰ ਵੀ ਔਰ ਇਹਨਾਂ ਨੂੰ ਵੀ, ਔਰ ਉਹ ਆਪਣਾ ਲੈ ਕੇ ਝੰਡਾ ਤੁਰ ਪਏ। ਔਰ ਜ਼ਾਹਰ ਹੈ ਇਸ ਵੇਲੇ ਆਮ ਆਦਮੀ ਪਾਰਟੀ ਦਾ ਮਤਲਬ ਵੀ ਜਿਹੜਾ ਹੈ ਉਹ ਕੇਜਰੀਵਾਲ ਹੈ, ਕੇਜਰੀਵਾਲ ਵਿੱਚੋਂ ਕੱਢ ਦਿਓ ਅਤੇ ਬਾਕੀ ਜਿਹੜਾ ਹੈ ਉਹ 0-0 ਹੈ। ਸੋ ਉਹਨੂੰ ਇਹ ਪੁੱਛਿਆ ਗਿਆ ਕਿ ਕੀ ਜੀ ਤੁਸੀਂ ਦੁਬਾਰਾ ਜੁਆਇਨ ਕਰੋਗੇ ਹੁਣ ਜਿਵੇਂ ਜਿੱਤ ਗਏ ਜਾਂ ਦੂਜੇ ਔਰ ਕੇਜਰੀਵਾਲ ਦੀ ਸਕਸੈਸ। ਉਹਦਾ ਐਗਜੈਕਟ ਜਿਹੜਾ ਉਹਨੇ ਅੰਗਰੇਜ਼ੀ ਦੇ ਵਿੱਚ ਕਿਹਾ, ਉਹਨੇ ਕਿਹਾ ਵੀ ਦੋਜ਼ ਹੂ ਕੇਮ ਟੂ ਚੇਂਜ ਦਾ ਰੂਲਸ ਆਫ ਦਾ ਗੇਮ ਐਕਚੁਲੀ ਲਰਨ ਦਾ ਰੂਲਸ ਬੈਟਰ ਦੈਨ ਅਦਰਸ। ਇਹ ਕੇਜਰੀਵਾਲ ਦੀ ਵਿਕਟਰੀ 'ਤੇ ਕਹਿ ਰਿਹਾ ਕਿ ਆਏ ਤਾਂ ਸੀ ਅਸੀਂ ਕਿ ਅਸੀਂ ਗੇਮ ਦੇ ਰੂਲ ਚੇਂਜ ਕਰਾਂਗੇ, ਕਿ ਉਸੇ ਹੀ ਲਾਈਨ ਦੇ ਉੱਤੇ ਕਾਂਗਰਸ ਹੋਏ, BJP ਹੋਏ, ਇੱਕ ਪੋਲੀਟੀਸ਼ੀਅਨਸ ਦਾ ਪੈਟਰਨ ਹੈ, ਉਹੀ ਲੁਭਾਣੀਆਂ ਗੱਲਾਂ, ਉਹੀ ਕਰਪਸ਼ਨ, ਉਹੀ ਚੋਰ ਬਜ਼ਾਰੀ, ਔਰ ਉਸੇ ਥਾਂ 'ਤੇ ਉਹਨੇ ਕਿਹਾ ਦੋਜ਼ ਹੂ ਕੇਮ ਟੂ ਚੇਂਜ ਦਾ ਰੂਲਸ ਆਫ ਦਾ ਗੇਮ ਐਕਚੁਲੀ ਲਰਨ ਰੂਲਸ ਬੈਟਰ ਦੈਨ ਅਦਰਸ। ਉਹਨੇ ਕਿਹਾ ਜੀ ਉਹਨਾਂ ਨੇ ਉਹਨਾਂ ਗੇਮਸ ਨੂੰ ਜ਼ਿਆਦਾ ਚੰਗੀ ਤਰ੍ਹਾਂ ਉਸ ਗੇਮ ਦੇ ਰੂਲ ਨੂੰ ਸਮਝ ਲਿਆ, ਅਤੇ ਕੇਜਰੀਵਾਲ ਦੀ ਇਹੀ ਵਿਕਟਰੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕੇਜਰੀਵਾਲ ਨੇ ਉਸੇ ਗੇਮ ਦੇ ਵਿੱਚ ਹੁਣ ਦੋ ਹੀ ਤਰ੍ਹਾਂ ਹੁੰਦੀਆਂ ਨੇ, ਅਸੀਂ ਜਦੋਂ ਹੁਣ ਅੱਜ ਮੈਂ ਦੇਖ ਰਿਹਾ ਸੀ ਕਿ ਪਾਕਿਸਤਾਨ ਦੇ ਵੀ ਕੁਛ ਜਿਹੜੇ ਐਂਕਰ ਜਿਹੜੇ ਹਰ ਨੀ ਜਰਕ ਰਿਐਕਸ਼ਨ ਹੁੰਦਾ ਹੈ, ਉਹ ਇਮਰਾਨ ਖਾਨ ਨੂੰ ਸਲਾਹ ਦੇ ਰਹੇ ਸੀ ਕਿ ਦੇਖੋ ਕੇਜਰੀਵਾਲ ਨੇ ਹੈਲਥ ਇੰਸ਼ੋਰੈਂਸ, ਹੈਲਥ ਔਰ ਸਕੂਲਿੰਗ ਔਰ ਡਿਵੈਲਪਮੈਂਟ ਔਰ ਦੂਜੇ ਦੇ ਥੱਲੇ ਜਿੱਤਿਆ ਔਰ ਤੁਸੀਂ ਵੀ ਇਵੇਂ, ਗੱਲ ਇਹ ਨਹੀਂ ਹੈ। ਔਰ ਮੈਂ ਸਮਝਦਾ ਵੀ ਇਹ ਕਈ ਵਾਰ ਕਈ ਚੀਜ਼ਾਂ ਸਮਝਣ ਤੋਂ ਬਿਨਾਂ, ਹੁਣ ਪ੍ਰੋਬਲਮ ਬੇਸ਼ੱਕ ਇਮਰਾਨ ਖਾਨ ਦੀ ਵੀ ਇਹ ਹੈ ਕਿ ਉਹ ਜਿਹੜੀ ਤੁਸੀਂ ਟੀਮ ਨੂੰ ਲੈ ਕੇ ਤੁਰੇ ਹੋ, ਤੁਸੀਂ ਉਸੇ ਸਿਸਟਮ 'ਚ ਉਹਨਾਂ ਦੀ ਪਿੱਚ 'ਤੇ ਜਾ ਕੇ ਖੇਡਣਾ ਚਾਹ ਰਹੇ ਹੋ ਜਾਂ ਖੇਡ ਰਹੇ ਹੋ ਜਿਹਦੇ 'ਤੇ ਪਹਿਲੀਆਂ ਪਾਰਟੀਆਂ ਉੱਥੇ ਖੇਡਦੀਆਂ ਸੀ। ਕੇਜਰੀਵਾਲ ਵੀ ਉਸੇ ਪਿੱਚ ਦੇ ਉੱਤੇ ਹੀ ਖੇਡ ਰਿਹਾ, ਕਿਸੇ ਪੱਖੋਂ ਵੀ
और जिवें एक पार्ट है हुण प्रशांत किशोर जिहड़ा एक बड़ा मीडिया एक्सपर्ट नहीं सगों इलैक्शन एक्सपर्ट है अमरिंदर पंजाब चोणा जितया उन्होंने कहा जी मैं किसी नूं पुछ रहा सी दिल्ली च मैं कहा जी ये कि हर कोई जिहड़ा प्रशांत किशोर दीआं सेवावां लैंदा फिर हुंदा जी जित गए कहिंदे जी उहने एक स्टेज दे उत्ते सारी इंडियन पॉलिटिक्स उहनां दा डेटा जात पाती की सिस्टम है दूजा हार जित की है उन्हों उन्हें काइंड ऑफ मास्टर किया हो तो वह जिथे जाता है वह फिर समझा दिता है भी तुम इस किस्म का करो तो नारे भी उ लिख के दिता है कि भी नारे किहड़े होण उन्होंने कहा जी उहदियां सेवावां नीतीश कुमार ने भी बिहार च लई हैं और नवीन पटनायक ने भी उड़ीसा च लई हैं हूँ जिहड़ियां ने वह केजरीवाल ने भी उहदियां सेवावां लई हैं किसी वेले बीजेपी ने भी लई हैं सी हूँ वह शायद ममता बैनर्जी भी लै रही है ज लाए सो कुल मिला के और उहदे च गल जिहड़ी खास तौर पर है जिहड़ा ये प्रशांत किशोर दा कि भी तुसीं सिर्फ एक जां दो ऐसी गल करो जिहड़ी के लोकां नूं लगे कि पहलियां ने नहीं कीती फिर उहनूं इदां प्रचारो इदां वेचो कि घर घर चों पहुँच जाए तुहानूं उही एक मुद्दा जिहड़ा है वह विक्टरी तक लै जांदा और जिवें केजरीवाल ने सक्सैसफुली जदों हुण उह खड़ा हो के भी पुछ रहा है अब आपके दिल्ली में आपके बेटे ने आपको मुफ्त बिजली दी के नहीं दी हाँ दी पानी मुफ्त दिया के नहीं दिया हाँ दिया स्कूल दिया के नहीं दिया हुण तुसीं लै दे के कुल मिला के देखो स्कूलों के इंफ्रास्ट्रक्चर जरूर है लेकिन एजुकेशन जे तुसीं दूजे स्कूलों नाल पर जिथे बिल्कुल एक वो एंड होए लोगों दियां होप्स ही टुटियां होण उत्थे आ के कोई माड़ा जिहा पानी पिया दे ते लगदा भी कितनी बड़ी बात हुण इह तां उहदी जित दे पिछे जिहनूं ठीक किया उहने जिहड़ा योगिंदर यादव ने कि भी असीं तां चेंज सी चेंज होएगी कि तुसीं रूल्स ऑफ द गेम चेंज करो करप्ट सोसायटी च जां झूठी सोसायटी च और दूजे च हुण उही केजरीवाल जिहड़ा एक स्टेज दे उत्ते नास्तक है एथीएस्ट एक स्टेज दे उत्ते ਉਹ ਕਹਿੰਦਾ ਜੀ ਹਾਂ ਮੈਂ ਐਨਾਰਕਿਸਟ ਹਾਂ ਜਦੋਂ ਉਹਨੂੰ ਹੁਣ ਜਿਹੜੇ ਵਿਰੋਧ ਕਰਨ ਵਾਲੇ ਨੇ ਉਹਨੂੰ ਆਤੰਕਵਾਦੀ ਵੀ ਕਹਿ ਰਹੇ ਸੀ ਹੁਣ ਉਹ ਕੇਜਰੀਵਾਲ ਨਾ ਸ਼ਾਹੀਨ ਬਾਗ ਜਾਂਦਾ ਹੈ ਔਰ ਰਾਦਰ ਉਹ ਇਹ ਕਹਿੰਦਾ ਕਿ ਜੀ ਅਮਿਤ ਸ਼ਾਹ ਜੀ ਵਹਾਂ ਸੇ ਉਠਾ ਦੇ ਉਹਨਾਂ ਦੀ ਜੁਰਿਸਡਿਕਸ਼ਨ ਹੈ ਉਹਨਾਂ ਨੂੰ ਖਤਮ ਕਰਾਓ ਉਹਨਾਂ ਨੂੰ ਨਾ ਕਸ਼ਮੀਰ ਦਾ ਮੁੱਦਾ 370 ਖਤਮ ਕੀਤੀ ਜਾਂਦੀ ਹੈ पार्लियामेंट दे विच इहदे जिहड़े ने राज्यसभा दे विच किन्ने करोड़ लै के दो मैंबर बनाए वह उन्हूं एबरोगेट करन दे हक च वोट पाउंदे ने और इहदे च कोई दो रावां नहीं एक पासे वह खुद कह रहा है उहदी मंगा जाए कि दिल्ली नूं स्टेटहुड दिता जाए स्टेट का रुतबा दिता जाए तो स्टेट भी नहीं है तो जम्मू कश्मीर का आर्टिकल 370 का एक पासे स्टेट का रुतबा ही खत्म किया जा रहा और केजरीवाल उहदी हमायत कर रहे हुण सीए होए नैशनल रजिस्ट्रेशन ऑफ पॉपुलेशन होए जां सिटीजन्स होए उस दे उत्ते चुप्पी धार लैंदा जो कुछ गार्गी कॉलेज होया शाहीन बाग जामिया मिलिया गोली कांड दूजे तीजे वो होया वो बिल्कुल कोई आवाज़ नहीं है और जिवें योगिंदर यादव ने भी ये गल कही उन्हें कहा जी हुण देखण वाली गल ये है कि दिल्ली दे विच 20 लख तो ज़्यादा मुसलमान रहिंदे ने 10 लाख के करीब सिख रहिंदे ने हुण असीं घट गिणतियां दे परस्पेक्टिव तो गल करिए कि ना होंद 20 लाख मुसलमाना दी सी उन्होंने तो नफरत प्रचारी पर उन्होंने ऊन किने कीता 20 लाख मुसलमाना नूं ये ठीक है कि मुसलमान मेजोरिटी एरिया च ज़्यादा मेजोरिटी दे नाल जां ज़्यादा वोटां नाल आम आदमी पार्टी जीती उन्हां कोल चॉइस की सी सिखां कोल की चॉइस है हुण सिखां नूं कांग्रेस ने जून 84 का घल्लूकारा किया नवंबर 84 का घल्लूकारा जेनोसाइड होया भारत भर के हुण इन्हां नूं भी पता है जिहड़ा सारा फोकस सी वह जिहड़ी हिंदू वोट बैंक है जिहनूं जिहदे तुसीं दलित और हाइका सारियां जोड़ लो उन्हां नूं प्लीज़ करन दे उत्ते सी दिल्ली दे विच वी सो दिल्ली च 20 लाख मुसलमान और 10 लाख सिख इररेलीवेंट सी उन्हां दा कोई इशू हाईलाइट नहीं सी कोई उन्होंने जिहड़ा कंसर्न नहीं सी उन्होंने उत्ते की हो रहा है इहदा कोई कंसर्न नहीं सी हुण उन्हां दा हाल घट गिणतियां दा क्योंकि मैं देख रहा भी इन्हां इलैक्शनां नूं जिस अंदाज दे विच वेचिया जा रहा रिजल्टां नूं कि जी हार हो गई मोदी दी हार हो गई इट इवें नहीं हाल साडा की होया साडा हाल अज असीं इन्ने इररेलीवेंट हैं
ਇਹ ਜਿਵੇਂ ਉਹ ਪੰਜਾਬ ਦੇ ਕੰਟੈਕਸਟ 'ਚ ਇੱਕ ਗੱਲ ਜਿਹੜੀ ਜ਼ਾਤ ਪਾਤੀ ਆਧਾਰਿਤ ਹੀ ਹੈ ਬੇਸ਼ੱਕ, ਪਰ ਇਹ ਸਮਾਜ ਦਾ ਵੀ ਇੱਕ ਗਰੀਬ ਜਿਹਨਾਂ ਨੂੰ ਮਿਰਾਸੀ ਕਿਹਾ ਜਾਂਦਾ, ਹਾਲਾਂ ਮਿਰਾਸ ਸ਼ਬਦ ਦਾ ਮਤਲਬ ਲੈਗੇਸੀ ਹੁੰਦਾ, ਵਿਰਸਾ ਹੁੰਦਾ, ਔਰ ਇਹ ਲੋਕ ਬੜੇ ਹੀ ਬ੍ਰਿਲੀਅੰਟ ਜਿਹੜੇ ਐਂਟਰਟੇਨ ਵੀ ਕਰਦੇ ਸੀ, ਜਿਹੜੇ ਤੁਹਾਡੀ ਵਿਰਾਸਤ ਵੀ ਸੀ, ਪਰ ਜ਼ਾਹਰ ਹੈ ਕਿ ਵੀ ਦੂਸਰਿਆਂ ਦੇ ਉੱਤੇ ਜਿਹੜੇ ਨੇ ਉਹ ਨਿਰਭਰ ਸੀ, ਦੂਜਿਆਂ ਨੂੰ ਖੁਸ਼ ਕਰਕੇ ਉਹੀ ਉਹਨਾਂ ਦੀ ਰੋਟੀ ਪਾਣੀ ਦਾ ਸਾਧਨ ਸੀ, ਜ਼ਮੀਨ ਉਹਨਾਂ ਦੇ ਕੋਲ ਨਹੀਂ ਸੀ। ਸੋ ਇੱਕ ਮਰਾਸੀ ਬੱਚਾ ਜਿਹਨੂੰ ਉਹਨਾਂ ਜ਼ਮਾਨਿਆਂ 'ਚ ਅੰਗਰੇਜ਼ਾਂ ਨੇ ਲੰਬੜਦਾਰ ਦਾ ਸਟੇਟਸ, ਜਿਹਨੂੰ ਨੰਬਰਦਾਰ ਕਹਿੰਦੇ ਨੇ ਪਰ ਪੰਜਾਬੀ 'ਚ ਲੰਬੜ ਕਰਕੇ ਕਿਹਾ ਜਾਂਦਾ, ਉਹਨੂੰ ਬੜਾ ਸਟੇਟਸ ਨੂੰ ਚੁੱਕਿਆ ਹੋਇਆ ਸੀ, ਉਹਨਾਂ ਨੂੰ ਬੜਾ ਘੋੜੀ 'ਤੇ ਹੋਣਾ ਉਹ ਹੈ, ਅਤੇ ਉਹ ਰੈਵਨਿਊ ਵੀ ਭੇਜਦੇ ਸੀ ਅੰਗਰੇਜ਼ਾਂ ਦੇ, ਜਿਹੜੇ ਨੇ ਉਹ ਕਾਇੰਡ ਆਫ ਇਨਫੋਰਮਰ ਵੀ ਸੀਗੇ ਪਿੰਡਾਂ ਦੇ। ਉਹ ਵਿਚਾਰਾ ਇੱਕ ਹੁਣ ਉਹ ਇੱਕ ਗਰੀਬੀ 'ਚ ਜੀ ਰਿਹਾ ਮਰਾਸੀ ਬੱਚਾ ਜਿਹੜਾ ਐਸਪਾਇਰ ਕਰਦਾ ਵੀ ਮੈਂ ਵੀ ਜਿਹੜਾ ਉਹ ਲੰਬੜ ਬਣਾ ਕਦੇ। ਉਹ ਆਪਣੀ ਮਾਂ ਨੂੰ ਪੁੱਛਦਾ, ਕਹਿੰਦੀ ਮਾਂ, ਕਹਿੰਦਾ ਮਾਂ ਜੇ ਇਹ ਲੰਬੜਦਾਰ ਜੋ ਵੀ ਉਹਦਾ ਸੀ ਇਹ ਮਰ ਜਾਏ ਤਾਂ ਕੌਣ ਬਣੇਗਾ ਲੰਬੜਦਾਰ? ਉਹ ਕਹਿੰਦੇ ਜੀ ਉਹਦਾ ਮੁੰਡਾ ਬਣੇਗਾ। ਉਹ ਕਹਿੰਦਾ ਜੀ ਉਹ ਵੀ ਮਰ ਜਾਏ ਫਿਰ ਕੌਣ ਬਣੇਗਾ? ਉਹਨੇ ਕਿਹਾ ਜੀ ਫਿਰ ਉਹਦੇ ਕਜ਼ਨ ਜਾਂ ਜੋ ਵੀ ਉਹਨਾਂ ਦੇ ਸੀ। ਉਹਨੇ ਕਿਹਾ ਉਹ ਵੀ ਮਰ ਜਾਏ ਫਿਰ ਕੌਣ ਬਣੇਗਾ? ਉਹ ਕਹਿੰਦੀ ਪੁੱਤਰ ਸਾਰਾ ਪਿੰਡ ਵੀ ਮਰ ਜਾਏ ਨਾ ਤੈਨੂੰ ਲੰਬੜ ਕਿਸੇ ਨੇ ਨਹੀਂ ਬਣਾਉਣਾ। ਸੋ ਸਾਡਾ ਹਾਲ ਤਾਂ ਜਿਹੜਾ ਹੈ, ਜੇ ਹੁਣ ਅੱਜ ਅਸੀਂ ਘੱਟ ਗਿਣਤੀਆਂ ਦੇ ਹਵਾਲੇ ਨਾਲ ਦੇਖੀਏ, ਲੜਾਈ ਤਾਂ ਹਿੰਦੂਤਵਾ ਦੀ ਸੀ, ਹੁਣ ਵੀ ਇਹ ਜਿਹੜੀ ਦਿੱਲੀ ਚੋਣਾਂ ਨੇ, ਔਰ ਤੁਸੀਂ ਦੇਖੋ ਕਿ ਵੀ ਜੇ ਗੁੰਡੇ ਗਾਰਗੀ ਕਾਲਜ ਦੇ ਵਿੱਚ ਬੱਚੀਆਂ ਨੂੰ ਬੇਪਤ ਕਰਦੇ ਨੇ, ਕਹਿੰਦੇ ਨੇ ਜੈ ਸ਼੍ਰੀ ਰਾਮ, ਜੇ ਇਲੈਕਸ਼ਨ ਬੂਥਾਂ ਤੋਂ ਲੈ ਕੇ ਦੂਜੇ ਤੱਕ ਹੈ ਚਾਰ ਚਫੇਰੇ ਨਾਰਾ, ਅਮਿਤ ਸ਼ਾਹ ਕੀ ਲਵਾ ਰਿਹਾ ਨਾਰਾ, ਵੰਦੇ ਮਾਤਰਮ, ਜੈ ਸ਼੍ਰੀ ਰਾਮ, ਭਾਰਤ ਮਾਤਾ ਕੀ ਜੈ, ਇਹੀ ਨਾਰੇ ਨੇ ਹਿੰਦੂਤਵਾ ਦੇ। ਹੁਣ ਉਹ ਕੇਜਰੀਵਾਲ ਜਿਹੜਾ ਐਗਨੋਸਟਿਕ ਸੀ, ਉਹ ਹੁਣ ਕਾਗਜ਼ ਭਰਨ ਤੋਂ ਪਹਿਲਾਂ ਵੀ ਹਨੂੰਮਾਨ ਦੇ ਮੰਦਰ 'ਚ ਜਾਂਦਾ, ਔਰ ਯਕੀਨੀ ਬਣਾਉਂਦਾ ਕਿ ਮੀਡੀਆ ਉੱਥੇ ਹੈ ਜਿੱਥੇ ਕਿ ਨਜ਼ਰ ਆਇਆ ਕਿ ਹਨੂੰਮਾਨ ਜੀ ਦਾ ਭਗਤ ਹੈ, ਫਿਰ ਜਿੱਤ ਕੇ ਵੀ ਜਾਂਦਾ। ਉਸ ਤੋਂ ਦੋ ਤਿੰਨ ਚਾਰ ਦਿਨ ਪਹਿਲਾਂ ਚੋਣਾਂ ਤੋਂ ਉਹ ਇੱਕ ਟੀ ਵੀ ਚੈਨਲ ਦੇ ਉੱਤੇ ਬੈਠਾ, ਉਹ ਜ਼ਾਹਰ ਹੈ ਇਹ ਫਰੇਮਡ ਸਵਾਲ ਹੁੰਦੇ ਨੇ, ਔਰ ਉਹ ਉਹਨਾਂ ਨੂੰ ਕਹਿ ਰਿਹਾ ਜੀ ਕਿ ਤੁਸੀਂ ਹਿੰਦੂ ਹੋ? ਹਾਂਜੀ। ਕਿਸ ਕਿਹਨੂੰ ਮੰਨਦੇ ਹੋ? ਮੈਂ ਜੀ ਹਨੂੰਮਾਨ ਭਗਤ ਹੋ। ਉਹਨੂੰ ਪੁੱਛਦਾ ਜੀ ਹਨੂੰਮਾਨ ਭਗਤ ਹੋ, ਹਨੂੰਮਾਨ ਚਾਲੀਸਾ ਸੁਣਾਈਏ, ਆਤਾ ਹੈ ਆਪਕੋ? ਹਾਂਜੀ ਮੈਂ ਆਤਾ ਹੈ, ਔਰ ਉਹ ਉਹਨਾਂ ਨੂੰ ਹਨੂੰਮਾਨ ਚਾਲੀਸਾ ਸੁਣਾ ਰਿਹਾ। ਹੁਣ ਜ਼ਾਹਰ ਹੈ ਕਿ ਵੀ ਫਿਰ ਉਹ ਇਸ ਗੱਲ ਨੂੰ ਯਕੀਨੀ ਬਣਾ ਰਿਹਾ ਕਿ ਵੀ ਉਹ ਜਦੋਂ ਹਨੂੰਮਾਨ ਮੰਦਰ ਜਾ ਰਿਹਾ, ਉਹ ਕਿਵੇਂ ਉਹਨੂੰ ਜਾ ਕੇ ਅੰਦਰ ਪੂਜਾ ਕਰ ਰਿਹਾ, ਔਰ ਉਸ ਕਨਾਟ ਪਲੇਸ ਦੇ ਵਿੱਚ ਉਹ ਮੰਦਰ। ਹੁਣ ਦੂਜੇ ਇੱਕ ਪਾਸੇ ਜੈ ਸ਼੍ਰੀ ਰਾਮ ਹੈ। ਹੁਣ ਇਹ ਕੋਈ ਕੇਜਰੀਵਾਲ ਨੇ ਮੋਦੀ ਅਮਿਤ ਸ਼ਾਹ ਨੂੰ ਡਿਫੀਟ ਨਹੀਂ ਕੀਤਾ, ਇਹ ਤਾਂ ਹਨੂੰਮਾਨ ਨੇ ਰਾਮ ਨੂੰ ਡਿਫੀਟ ਕੀਤਾ। ਔਰ ਇਹ ਗੱਲ ਇਹ ਨਹੀਂ ਹੈ ਕਿ ਵੀ ਇਹ ਸਿਰਫ ਅਸੀਂ ਕੋਈ ਐਨਾਲਿਸਿਸ ਲਈ ਲਿਆਉਂਦੇ। ਹੁਣ ਉਹਦੀ ਤੁਸੀਂ ਵਿਕਟਰੀ ਸਪੀਚ ਸੁਣੋ ਅਰਵਿੰਦ ਕੇਜਰੀਵਾਲ ਦੀ ਫਾਈਨਲੀ, ਕਿਉਂਕਿ ਮੰਗਲਵਾਰ ਨਤੀਜਾ ਆਇਆ, ਔਰ ਉਹ ਨਾਲ ਉਹਦੀ ਵਾਈਫ ਖੜੀ ਹੈ, ਔਰ ਉਹ ਆਪਣੇ ਸਪੋਰਟਰਸ ਨੂੰ ਐਡਰੈਸ ਕਰ ਰਿਹਾ, ਉਹਨੂੰ ਕਹਿ ਰਿਹਾ ਆਜ ਕੌਨ ਸਾ ਦਿਨ ਹੈ ਕੇਜਰੀਵਾਲ, ਆਜ ਕੌਨ ਸਾ ਦਿਨ ਹੈ? ਮੰਗਲਵਾਰ, ਹਨੂੰਮਾਨ ਜੀ ਕਾ ਦਿਨ ਹੈ। ਔਰ ਹਨੂੰਮਾਨ ਜੀ ਨੇ, ਔਰ ਉਹਦੇ ਜਿਹੜੇ ਲਫਜ਼ ਨੇ, ਹਨੂੰਮਾਨ ਜੀ ਕਾ ਧੰਨਵਾਦ, ਇਹ ਇਹ ਕੇਜਰੀਵਾਲ ਕਹਿ ਰਿਹਾ ਜਿਹਦੀ ਜਿੱਤ ਦੇ ਉੱਤੇ ਸਾਡੇ ਸਮੇਂ, ਹਨੂੰਮਾਨ ਜੀ ਕਾ ਧੰਨਵਾਦ, ਉਨਕਾ ਦਿਨ ਹੈ, ਉਹਨੇ ਦਿੱਲੀ ਪਰ ਕਿਰਪਾ ਬਰਸਾਈ ਹੈ। ਫਿਰ ਉਹ ਕਹਿੰਦਾ ਪ੍ਰਭੂ ਕਾ ਵੀ ਧੰਨਵਾਦ, ਔਰ ਫਿਰ ਕਹਿੰਦਾ ਮੇਰੀ ਘਰਵਾਲੀ ਦਾ ਜਨਮਦਿਨ ਹੈ, ਕੇਕ ਮੈਂ ਤੋ ਖਾਇਆ ਹੁਣ ਤੁਮੇ ਖਿਲਾਊਂਗਾ, ਔਰ ਅਖੀਰ 'ਚ ਉਹ ਨਾਰੇ ਲਵਾਉਂਦਾ ਹੈ ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ, ਇਨਕਲਾਬ ਜ਼ਿੰਦਾਬਾਦ। ਹੁਣ ਵੰਦੇ ਮਾਤਰਮ ਔਰ ਭਾਰਤ ਮਾਤਾ ਕੀ ਜੈ ਇਹੀ ਬੀਜੇਪੀ ਦਾ, ਕਿ ਜੇ ਸਾਰੇ ਇਹ ਕਹਿਣ ਲੱਗ ਜਾਣ ਤਾਂ ਕਿਹਨੂੰ ਕਿਹਦੇ ਨਾਲ ਪ੍ਰੋਬਲਮ ਹੈ? ਹੁਣ ਇਸ ਸਾਰੇ 'ਚੋਂ ਤੁਸੀਂ ਕਿਹਦੀ ਜਿੱਤ ਅਤੇ ਕਿਹਦੀ ਹਾਰ? ਸੋ ਜ਼ਾਹਰ ਹੈ ਕਿ ਵੀ ਹਨੂੰਮਾਨ ਜਿੱਤ, ਔਰ ਪੰਜਾਬ ਦੇ ਜਿਹੜੇ ਭਗਵੰਤ ਮਾਨ ਉਹ ਵੀ ਮੱਥੇ 'ਤੇ ਟਿੱਕਾ ਲਾ ਕੇ ਉੱਥੇ ਪਹੁੰਚਿਆ ਹੋਇਆ, ਸਟਾਰ ਪ੍ਰਚਾਰਕ ਸੀ ਕੇਜਰੀਵਾਲ ਤੋਂ ਬਾਅਦ। ਔਰ ਪੰਜਾਬ 'ਚ ਵੀ ਹੁਣ ਇਹ ਹੋ ਰਿਹਾ ਕਿ ਜੀ ਇਹ ਜਿਹੜਾ ਆਉਣ ਵਾਲੇ ਪੀਰੀਅਡ 'ਚ ਪੰਜਾਬ 'ਚ ਤਬਦੀਲੀ ਹੋਏਗੀ, ਔਰ ਇਹ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਸਾਰੇ ਨੇ ਅਗੇਨ ਸਾਬਤ ਕਰ ਦਿੱਤਾ ਹੈ ਕਿ ਮੁਸਲਮਾਨ ਔਰ ਸਿੱਖ ਔਰ ਈਵਨ ਦਲਿਤ ਵੀ, ਬੇਸ਼ੱਕ ਵੋਟਾਂ ਜਿਹੜੀਆਂ ਉਹਨਾਂ ਦੀਆਂ ਬਾਹਰ ਕਾਲੋਨੀਜ਼ ਵਗੈਰਾ ਨੇ, ਸਲਮਸ ਇਹਨਾਂ ਨੂੰ ਕਹਿੰਦੇ ਨੇ, ਦਲਿਤ ਵੋਟਰ ਵੱਡੀ ਗਿਣਤੀ 'ਚ ਇਹਨਾਂ ਦੇ ਹੱਕ 'ਚ ਭੁਗਤੇ ਆ,
लेकिन इन्हां चोणां ने साबित कर दिता है कि उस खिते दे विच हुण राम जां हनुमान की लड़ाई रह गई, उहदे च कौन किनू हराएगा, किहड़ा किन्नी उच्ची वंदे मातरम बोलदा है, किन्ना किन्नी उच्ची जिहड़ा जय हनुमान की बोलदा है, और यह हनुमान जी ने कृपा दिल्ली के उत्ते बरसाई और ये सारे दे विच जिहड़ा है उन्हां दी ये जित हुंदी है। और इस सारे चों जिहड़ा एक पार्ट मैं समझदा हां भी पंजाब दे विच इहदे च कोई शक नहीं है कि आन वाले पीरियड दे विच एक नवी सफबंदी हो सकती है, नवजोत सिद्धू, बैंस ब्रदर्स, और हो सकता है जिहड़े सारे भज दौड़ कर रहे सी दिल्ली वाले दिल्ली जाके बीजेपी की हमायत खलोण लई, उहदे च ढींडसे भी, उहदे सो कॉल्ड टकसाली भी, मनजिंदर सरसैन कंपनी भी एक स्टेज ते, ईवन सरना ब्रदर्स की भी लाइन फेवर च सी, लेकिन बाद दे विच उन्हां ने डिस्टेंस कर लिया क्योंकि बादल के वापस पहुँच गए, उहदे नड्डा उहदे घर पहुँच गया, प्रेस कॉन्फ्रेंस और दूजे तीजे। सो एक पासे तो यह साडी हालत दर्शा रहा सी कि सिख किस हद तक ओ जलील हो चुके ने, किस हद तक ओ उना दौरे दे बारे साडे एक व्यूअर ने लिखिया भी सी, उन्हें कहा जी कि भई वह जदों जिस जमाने च चंबल घाटी दे डाकू हुंदे सी, उन्हां जमाने च पुलिस उन्हां दे पिछे लगी और वह फड़ के लै गए उन्हां नूं, उन्हां ने पुलिस वाले घेर ले लै गए, डाकुआं दे सरदार दे सामने पेश कीता और उन्होंने कहा कि भई इन्हां नूं की सजा दई है, उन्हें कहा जी कोई नहीं, इन्हां दा मूंह काला करके इन्हां नूं छड्ड दिओ पुलिसियां नूं। हुण वह जिहड़े ने पुलिसिए जिहड़े ने मूंह काला करवा रहे ने, एक तो दूजा अगे जा रहा, तो एक उन्हूं दूजे नूं पुछदा यार इन्नी काली भी की है कि भई ये मूंह काला करवाना ही है। वह कहिंदा जे कितें कालख मुक गई तो डाकुआं दा की पता है भी इन्हां नूं गोली मार, कहणगे कि इन्हां नूं गोली मार दिओ, पहले पहले करवा लई है मूंह काला। सो मतलब अकाली लीडरशिप जां जिहड़ियां इह साडियां नुमाइंदा जमातां ने, इन्हां दा तां हाल इह सी कि एक तो जदों अगे वध के बीजेपी दा सामने नक रगड़ रहे सी भी कितें इह ना होए भी कालख मुक जाए तो डाकू गोली मार दे। हुण इस सारे चों और इहदे ते बड़ा अच्छा एनालिसिस, और जिहदे च इक गल दी तुसीं तसल्ली कह सकदे हो कि जिहड़े संगी ब्रांड सिख इन्होंने खड़े किए सी ये हारे ने, लेकिन इहदा मतलब ये नहीं है कि आर एस एस का वो अटैम्प्ट जिहड़ा कि सिखां च घुसपैठ करन दा है जां उन्हां नूं तकलीफ बहुत है। जे हुण अहमदगढ़ तो 100 तो ज़्यादा मुसलमान आते ने अकाल तख्त के जथेदार नूं मेमोरेंडम देंदे ने कि भाई तुसीं जिहड़ा वो साडा बांह फड़ो जां उत्थे बाहर प्लाजा ते नमाज अदा करदे ने, फोटोआं सारे पासे जांदियां और पूरी हेटरेड है। और भैन जी अमनजोत कौर जिन्होंने सानू लिखे उन्होंने इस दे उत्ते संगी सिख्स एंड बीजेपी वाइपड आउट इन दिल्ली, इस दे थले उन्होंने लिखे। और अज वैसे 9:30 दे गुफ्तगू प्रोग्राम च प्रोमीनेंट जर्नलिस्ट भी और जिहड़े तीन प्रोमीनेंट न्यूज़पेपर दिल्ली च कढ़दे ने सर गुरचरण सिंह बब्बर उन्हां दे नाल अमरवीर सिंह गलबात करनगे और वो होर डिटेल भी देणगे कि दिल्ली दे विच इस सारे दा की है। लेकिन मैनूं ये पै जी अमनजोत कौर और उन्हां दी लिखत काफ़ी सिख एंगल तो भी और ओवरऑल एक अच्छा एनालिसिस है, मैं क्विकली उन्हों शेयर कर दें। बीजेपी हैज़ लॉस्ट दिल्ली पोल्स, आम आदमी पार्टी हैज़ वन, दाउ इट वन यूजिंग सॉफ्ट हिंदुत्वा प्लैंक, केजरीवाल प्रोजेक्टिंग हिमसेल्फ एज हनुमान भगत, भगवंत मान वीरिंग तिलक, जय श्री राम एंड भारत माता जी की जय स्लोगन्स ड्यूरिंग हिज कैंपेन एंड ऑन हिज विन, असी ऑलरेडी डिस्कस किए। केजरीवाल इग्नोर्ड माइनॉरिटीज वायल गिविंग टिकट्स टू कंटेस्ट पोल्स, ही रिमेंड साइलेंट एट असॉल्ट्स ऑन JNU, जामिया, शाहीन बाग, गार्गी कॉलेज बाई पुलिस एंड डेली बीजेपी, ही सपोर्टेड बीजेपी रिमूविंग आर्टिकल 370, ही साइलेंट ऑन सिटीजनशिप अमेंडमेंट एक्ट, नैशनल रजिस्ट्रेशन ऑफ सिटीजन, ये असी ऑलरेडी डिस्कस कर रहे हैं। ही हैज वन माइनॉरिटी वोट्स विद ए स्वीप बिकॉज ही वॉज सीन एज ए लैसर ईवल, ये है कई बार जदों हुंदा है भी एक ईवल है दोनों ईवल ने, लोगों सामने हुंदा है भी चलो उन्हां तो एक घट ईवल लैसर ईवल है पर है ईवल ही है क्योंकि एजेंडा हिंदुत्वा का भी प्रमोट होया दोनों पासे। और जिवें माइनॉरिटीज का हाल उत्थे ओही है कि बिटवीन द रॉक एंड द सी, एक पासे चट्टान है एक पासे समुंदर है। कांग्रेस इज जीरो, द वोट शेयर ऑफ बीजेपी हैज़ इनक्रीज्ड विच इज़ नॉट ए गुड न्यूज़, इहदे च कोई शक नहीं है कि
कि जेड़ा बीजेपी का अपना वोट बैंक है वह उन्हें रिटेन किया उही पंजाबी और बहुत घट में शायद पता होए कि बीजेपी का जेड़ा पहला अवतार सी भारतीय जनसंघ उन्हां दी सपोर्ट ही दो थां ते सी पंजाबी हिंदू पंजाब च भारतीय जनसंघ सी ते दिल्ली दे हिंदू असल च जिहड़े ने वो रियल बैकबोन सी भारतीय जनसंघ दी सो वो जिहड़ा उन्हां दी नफरत दा एजेंडा उहदे थल्ले उह नाल ही रहे ने कांग्रेस दा वोट बैंक टुट्टे उहदे च कुछ जिहड़े ने वो आम आदमी पार्टी लै गई कुछ जिहड़ी है वो बीजेपी दे कोल आ गए सो बाकी उन्होंने द ओनली गुड न्यूज़ इज दैट ऑल राष्ट्रीय सिख संगत एंड आरएसएस सिख प्लांटेड बाय बीजेपी इन दिल्ली पोल्स इन सिख डोमिनेटेड कॉन्स्टिट्यूएंसीज हैव लॉस्ट उन्होंने तजिंदर बग्गा इमप्रीत बख्शी आर पी सिंह और लॉस्ट और हरदीप पुरी मनजिंदर सरसा ये जड़े पूरे ट्वीट भी कर रहे थे उन्होंने जड़ी है मुंह दी खानी पई है और ये जड़ा इन्हों तो इन्होंने राय उन्होंने फेक कंसर्न 84 सिख पाकिस्तान अफगानिस्तान वो लोगों ने इन्हों का झूठ बाय नहीं किया ऑल दीज तिलक वेयरिंग मंदर गोइंग फेक सिख्स ऑफ आरएसएस have been rejected by Sikh voters and other voters. So, ये एक पॉजिटिव गल है बीजेपी भगत सार एंग्री एट लूजिंग बट दे विल इंटेंसीफाई एफर्ट्स टू मेक इन रोड्स इन सिख कम्युनिटी फर्दर दे हैव क्लीयर इंटेंट टू गो सोलो इन पंजाब आल्सो एंड ग्रूमिंग रूरल कार्डर आल्सो दे हैव सूडो सिख्स ऑफ ऑल कास्ट नाउ हु स्प्रेड फेक हिस्ट्री ऑन लाइन ब्रेन वॉश सिख्स इन रियल लाइफ आल्सो सिख्स हैव टू बी मोर केयरफुल एज बीजेपी आर एस एस इंटेंसीफाई देयर ड्रामा और ये बिल्कुल ठीक है कि भी ये समझो कि जी हार गए नहीं वो सिखा च क्योंकि वो सिखा की अहमियत समझते हैं सिखा मुसलमाना का नेड़े जाना भी और अल्टीमेटली हिस्टरी है साड़ी कि असी लड़े हैं किसी भी और उन्होंने एफर्ट जोड़े ने होर दुगने तिगने हो फिर उन्होंने कहा कि जिमें देयर संबित पात्रा हैड कॉल्ड सिख्स पाकिस्तानी फॉर सर्विंग लंगर एट शाहीन बाग and allowing namaz at golden temple complex their rss ideologue ratan sharda has abused akal takht for stand on caa and kashmiris and abusing sikhs to protesting caa pichle dinon ch ik story si ke kivein shaheen bag de vich ik sikh jinne apna flat vech ke utthe langar lagaya पर नाल दी नाल उन्होंने जिहड़ा गोदी मीडिया उन्होंने ये कहा जी असी लभ लिया इस सिख का ओरिजन की है उन्होंने कोई ऐसी मीटिंग सी जिहदे च मिस्टर ओवासी जिहड़े एक मुस्लिम ऑर्गेनाइजेशन हैड करते हैं सिटिंग एम पी ने हैदराबाद तो उन्होंने दा कोई पार्टी का संबंध है जो उन्होंने एड्रैस भी उन्होंने कहा जी ये तो ओवेसी फंड कर रहा है ये कोल कितों आ गए पैसे ओवेसी नूं पाकिस्तान फंड कर रहा है सो ज़ारा तौर दे उत्ते हुण लंगर लाना भी सिखां दा शाहीन बाग च उन्हां नूं इन्ना क तकलीफ दे रहा भी उहदे भी पैसे पाकिस्तान तो ही आ रहे ने वाया ओवेसी ते वाया ओ सो उहदे वल भी उन्होंने इशारा कीता है देयर एंगर इज सो विजिबल दैट संबित पात्रा फ्लू टू पंजाब टू डू फोटो ऑप एट दरबार साहब एंड गॉट हिंदूज टू वीयर टर्बन्स एंड होल्ड सैफरन फ्लैग्स टू डू प्रो सी ए रैलीज इन पंजाब यस्टरडे कि भाई इन्ना उन्होंने गुस्सा है कि वह संबित पात्रा जो जुत्तियां खाता वैसे रोज़ लोगों दें पर ऐसा बेशरम ढीठ आदमी है और वो बैठा भी होंगे सारे टीवी चैनलों के वो खास आया दरबार साहब भी उन्हें फोटो लवाई हैं हिंदुओं के पगां बना के जी ये सी ए दे विरोध च जड़ा असी जे दूजे खड़े ने तो असी हमायत करते हैं सी ए की द एफर्ट्स टू इंपोज हिंदुत्व एंड पेनीट्रेट सिख कम्युनिटी इंस्टीट्यूशन आर ओनली इंटेंसीफाइंग एज इज द बैकलैश एंड हेट अगेंस्ट सिख्स हू रेजिस्ट हिंदुत्व कि ये नफरत होर भी वध रही है जो हिंदुत्व चैलेंज करते हैं और रेजिस्ट कर रहे हैं दे कॉल सिख्स खालिस्तानी और पाकिस्तानी एट ड्रॉप ऑफ ए हैट हू डू नॉट आइडेंटिफाई एज हिंदूज और डू नॉट सपोर्ट बीजेपी आर एस एस कि जेडे इन्हों अपोज करते हैं उन्होंने वो जदों चाहन खालिस्तानी पाकिस्तानी बना देन सो कुल मिला के हुण असी जे केजरीवाल नूं वधाई भी देनी होए तो फिर यही कहांगे जय हनुमान जी की जय बजरंग बली
ਉਰਤਾ ਹੁਣ ਉਹ ਵੰਦੇ ਕੋਈ ਨਹੀਂ ਹੈ ਮਾਤਰਮ। ਹਾਂ ਵੰਦੇ ਮਾਤਰਮ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਜੋ ਨਤੀਜੇ ਨੇ ਉਹਨਾਂ ਦੇ ਉੱਪਰ ਬਹੁਤ ਹੀ ਵਧੀਆ ਐਨਾਲਿਸਿਸ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਂਦੇ ਹਾਂ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਅਪੀਲ ਅਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਰਹਿਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-1037 Avenue ਲੌਂਗ ਆਇਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।